ਇੱਕ ਤੇਜ਼ ਰਫ਼ਤਾਰ ਔਡੀ ਕਾਰ ਦੇ ਵੱਲੋਂ ਅੱਗੇ ਜਾ ਰਹੇ ਟਰੈਕਟਰ ਟਰਾਲੀ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਔਡੀ ਕਾਰ ਹੈ ਉਸਦੇ ਪਰ ਖੱਚੇ ਉੱਡ ਗਏ ਤੇ ਸਾਰੇ ਹੀ ਏਅਰਬੈਗ ਖੁੱਲ ਗਏ ਨੇ। ਤਾਂ ਦੱਸ ਦਈਏ ਕਿ ਗਨੀਮਤ ਰਹੀ ਹੈ ਇਸ ਹਾਦਸੇ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਤੇਜ਼ ਰਫ਼ਤਾਰ ਔਡੀ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸਨੇ ਕਿ ਆਪਣੇ ਅੱਗੇ ਜਾ ਰਹੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਟਰੈਕਟਰ ਜੋ ਹੈ ਉਹ ਬੁਰੇ ਤਰੀਕੇ ਦੇ ਨਾਲ ਪਲਟੀਆਂ ਖਾਂਦਾ ਹੋਇਆ ਸੜਕ ਦੇ ਕਿਨਾਰੇ ਜਾ ਪਲਟਿਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਟਰੈਕਟਰ ਸਵਾਰਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹਨਾਂ ਨੂੰ ਵੀ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਤਾਂ ਤਸਵੀਰਾਂ ਵੀ ਹਾਦਸੇ ਦੀਆਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਔਡੀ ਕਾਰ ਹੈ ਉਸਦਾ ਅਗਲਾ ਹਿੱਸਾ ਬੁਰੇ ਤਰੀਕੇ ਨਾਲ ਨੁਕਸਾਨਿਆ ਗਿਆ, ਪਰ ਖੱਚੇ ਤੱਕ ਉੱਡ ਗਏ ਨੇ ਤੇ ਇਸ ਦੇ ਨਾਲ ਹੀ ਗੱਡੀ ਦੇ ਏਅਰਬੈਗ ਵੀ ਖੁੱਲ੍ਹੇ ਹੋਏ ਨਜ਼ਰ ਆ ਰਹੇ ਨੇ, ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਜੋ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਦੀ ਵਾਲ ਵਾਲ ਜਾਨ ਬਚੀ ਹੈ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਕੁਰਾਲੀ ਖਰੜ ਰੋਡ ਦੇ ਉੱਤੇ ਵਾਪਰਿਆ, ਜਿੱਥੇ ਕਿ ਅੱਗੇ ਜਾ ਰਹੇ ਟਰੈਕਟਰ ਟਰਾਲੀ ਨੂੰ ਇੱਕ ਤੇਜ਼ ਰਫ਼ਤਾਰ ਔਡੀ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਸਰ ਇਹ ਕੀ ਮਾਮਲਾ ਹੋਇਆ ਅੱਜ? ਇਹ ਤਾਂ ਅਸੀਂ ਉੱਧਰੋਂ ਆਉਂਦੇ ਸੀ, ਇੱਥੇ ਰੋਡ ਜਾਮ ਲੱਗਿਆ, ਸਾਨੂੰ ਕਿਸੇ ਨੇ ਟੈਲੀਫੋਨ ਦੇ ਉੱਤੇ ਦੱਸਿਆ ਟਰੈਕਟਰ ਵਾਲੇ ਨੇ ਕਿਸੇ ਨੇ ਉੱਥੇ ਐਕਸੀਡੈਂਟ ਹੋ ਗਿਆ ਟਰੈਕਟਰ ਦਾ। ਜਦ ਅਸੀਂ ਮੌਕੇ ਦੇ ਉੱਤੇ ਆਏ ਤਾਂ ਇੱਥੇ ਪਬਲਿਕ ਇਕੱਠੀ ਹੋਈ ਸੀ, ਅਸੀਂ ਐਂਬੂਲੈਂਸ ਤੋਂ ਪਹਿਲਾਂ ਇੱਥੇ ਪਹੁੰਚ ਗਏ ਸੀ ਅਤੇ ਜਿਹੜੇ ਟਰੈਕਟਰ ਅਤੇ ਜਿਹੜੇ ਗੱਡੀ ਦੇ ਵਿੱਚ ਬੰਦੇ ਸੀ ਉਹ ਬਿਲਕੁਲ ਤਕਰੀਬਨ ਠੀਕ ਸੀ, ਗੱਡੀ ਵਾਲੇ ਤਾਂ ਜਿਹੜੇ ਟਰੈਕਟਰ ਵਾਲੇ ਸੀ ਉਹਨਾਂ ਦੇ ਸੱਟਾਂ ਲੱਗੇ ਸੀ। ਉਹ ਅਸੀਂ ਇੱਥੇ ਨੂੰ ਸਿਵਲ ਹੋਸਪਿਟਲ ਤੱਕ ਖੜ੍ਹੇ। ਕਿੰਨੇ ਬੰਦੇ ਸੀ ਟਰੈਕਟਰ ਵਾਲੇ? ਕਿੰਨੇ ਬੰਦੇ ਜੀ ਟਰੈਕਟਰ ਵਾਲੇ? ਉਸ ਟਾਈਮ 'ਤੇ ਦੋ ਸੀਗੇ, ਦੋ ਤਾਂ ਘੱਟ ਸੀ, ਛੋਟਾ ਜਿਹਾ ਬੱਚਾ ਜੀ। ਸੱਟਾਂ ਦੋਨਾਂ 'ਤੇ ਲੱਗੀਆਂ? ਨਹੀਂ, ਬੱਚੇ ਦੇ ਕੇ ਬੜੇ ਦੇ? ਬੱਚਾ ਤਾਂ ਠੀਕ ਸੀ, ਬੱਚਾ ਬਚ ਗਿਆ। ਮਤਲਬ ਬੜੇ ਦੇ ਸੱਟ ਲੱਗੀ ਹੈ? ਹਾਂਜੀ। ਅਤੇ ਗੱਡੀ ਵਾਲੇ? ਗੱਡੀ ਵਾਲੇ ਠੀਕ ਸੀ, ਉਹ ਠੀਕ ਆ ਗੱਡੀ ਵਾਲੇ। ਇਹ ਮਾਮਲਾ ਹੋਇਆ ਕਿ ਆ ਕਿੱਧਰੋਂ ਰਹੇ ਸੀ? ਇਹ ਗੱਡੀ ਇੱਧਰੋਂ ਆ ਰਹੀ ਸੀ ਖੜ੍ਹ ਤੋਂ, ਟਰੈਕਟਰ ਵੀ ਖੜ੍ਹ ਤੋਂ ਆ ਰਿਹਾ ਸੀ। ਠੀਕ ਹੈ। ਜਿਹੜੀ ਗੱਡੀ ਆ ਔਡੀ ਗੱਡੀ ਆ, ਸਪੀਡਾਂ ਇਹਨਾਂ ਦੀ ਤੁਹਾਨੂੰ ਪਤਾ ਹੀ ਕਿੰਨੀਆਂ ਹੁੰਦੀਆਂ। ਮਤਲਬ ਇਹਨਾਂ ਕੋਲੋਂ ਜਾਂ ਕੰਟਰੋਲ ਹੀ ਨਹੀਂ ਹੋਈ, ਗੱਡੀ ਨਹੀਂ ਕੰਟਰੋਲ ਹੋਈ ਟਰੈਕਟਰ ਨੂੰ। ਮਤਲਬ ਪਿੱਛੋਂ ਭੱਜੀ ਹੈ? ਪਿੱਛੋਂ ਭੱਜੀ, ਪਿੱਛੋਂ ਹਾਂ, ਪਿੱਛੋਂ ਹੀ ਮਾਰੀ। ਇਹ ਵੀ ਪਿੱਛੋਂ ਆ ਰਿਹਾ ਸੀ, ਉਹਨੇ ਪਿੱਛੋਂ ਮਾਰੀ ਟਰੈਕਟਰ ਦੀ। ਮਤਲਬ ਦੋਨੋਂ ਇੱਕੋ ਸਾਈਡ ਤੋਂ ਹੋਈਆਂ? ਹਾਂ, ਇੱਕੋ ਸਾਈਡ ਤੋਂ ਭੱਜੀ ਹੋਈ। ਅਤੇ ਟਰੈਕਟਰ ਜਿਹੜਾ ਕੰਟਰੋਲ ਹੋ ਕੇ, ਲੂਜ਼ ਕੰਟਰੋਲ ਹੋ ਕੇ ਉਹਨੇ ਰੋਡ ਸਾਰਾ ਹੀ ਬਲੋਕ ਕਰਤਾ, ਫਿਰ ਅਸੀਂ ਮੌਕੇ 'ਤੇ ਆ ਕੇ ਟਰੈਕਟਰ ਜਿਹੜਾ ਥਾਣੇ ਘੱਲਤਾ, ਜਿਹੜੀ ਗੱਡੀ ਆ ਉਹਨੂੰ ਥਾਣੇ ਲੱਗ ਜਾਂਦੇ। ਅਤੇ ਹੁਣ ਉਹ ਟਰੈਕਟਰ ਵਾਲੇ ਕਿੱਥੇ? ਉਹ ਥਾਣੇ ਲੱਗੇ ਹੋਏ ਸੀ ਟਰੈਕਟਰ। ਅਤੇ ਆ ਜਿਹੜੇ ਗੱਡੀ ਵਾਲੇ? ਗੱਡੀ ਵਾਲੇ ਤਾਂ ਇਹ ਵੀ ਹੋਸਪਿਟਲ ਚਲ ਗਿਆ ਸੀ। ਕਿੰਨਾ ਹੀ ਹੋਸਪਿਟਲ? ਉਹ ਵੀ ਹੋਸਪਿਟਲ। ਕਿਹੜੀ ਜਗ੍ਹਾ? ਕੁਰਾਲੀ ਨੂੰ ਚਲ ਗਿਆ ਸੀ।